ਇੱਥੇ ਇਹਨਾਂ ਦੇ ਮਨਿਆਲੇ ਪਿੰਡ ਦੇ ਲਾਗੇ ਹਾਦਸਾ ਵਾਪਰਿਆ ਵਾ। ਇਹਦੇ ਵਿੱਚ ਜਿਹੜਾ ਹੈਗਾ ਵਾ ਟਿੱਪਰ ਵਾਲਾ ਵਾ, ਟਿੱਪਰ ਵਾਲਾ ਡਰਾਈਵਰ ਵੀ ਅਤੇ ਟਿੱਪਰ ਵੀ ਕਬਜ਼ੇ 'ਚ ਲੈ ਲਿਆ ਵਾ। ਮੌਕੇ 'ਤੇ ਪਹੁੰਚਿਆ, ਸਾਰਾ ਕੀਤਾ ਵਾ, ਉਹਨੂੰ ਜ਼ਖਮੀ ਨੂੰ ਦਾਖਲ ਐਡਮਿਟ ਕਰਾਇਆ ਵਾ। ਟ੍ਰੇਨਿੰਗ ਟ੍ਰੇਨਿੰਗ ਸਾਰਾ ਕੁਛ ਇਕੱਲੀ ਨਾਲ ਲਾ ਦੇਣੀ ਦੁਕਾਨ। ਇਹ ਜੀ ਡਡਵਿੰਡੀ ਤਾਸ਼ਪੁਰ ਰੋਡ ਆ, ਮਨਿਆਲੇ ਪਿੰਡ ਦੇ ਲਾਗੇ। ਅਤੇ ਜਿਹੜਾ ਟਿੱਪਰ ਵਾਲਾ ਸੀ, ਟਿੱਪਰ ਵਾਲਾ ਆਉਂਦਾ ਸੀ ਡਡਵਿੰਡੀ ਸਾਈਡ ਤੋਂ ਅਤੇ ਕਾਰ ਵਾਲਾ ਆਉਂਦਾ ਸੀ ਤਾਸ਼ਪੁਰ ਸਾਈਡ ਤੋਂ। ਇੱਥੇ ਇਹਨਾਂ ਦੇ ਮਨਿਆਲੇ ਪਿੰਡ ਦੇ ਲਾਗੇ ਹਾਦਸਾ ਵਾਪਰਿਆ ਵਾ। ਇਹਦੇ ਵਿੱਚ ਜਿਹੜਾ ਹੈਗਾ ਵਾ ਟਿੱਪਰ ਵਾਲਾ ਵਾ, ਟਿੱਪਰ ਵਾਲਾ ਡਰਾਈਵਰ ਵੀ ਅਤੇ ਟਿੱਪਰ ਵੀ ਕਬਜ਼ੇ 'ਚ ਲੈ ਲਿਆ ਵਾ। ਮੌਕੇ 'ਤੇ ਪਹੁੰਚਿਆ, ਸਾਰਾ ਕੀਤਾ ਵਾ, ਉਹਨੂੰ ਜ਼ਖਮੀ ਨੂੰ ਦਾਖਲ ਐਡਮਿਟ ਕਰਾਇਆ ਵਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਵੀ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਵਾ। ਜਿਹੜਾ ਹਾਦਸਾ ਵਾਪਰਿਆ ਆਮੋ ਸਾਹਮਣੇ ਦੀ ਟੱਕਰ ਹੈ? ਸਾਹਮਣੇ ਸਾਹਮਣੇ। ਕਾਰ ਚਾਲਕ ਦਾ ਕੀ ਨਾਮ ਸੀ? ਕਾਰ ਚਾਲਕ ਦਾ ਜਿਹੜਾ ਨਾਮ ਸੀਗਾ ਸੁਖਵਿੰਦਰ ਸਿੰਘ ਸਾਨੋ ਭਜਨ ਸਿੰਘ ਵਾਸੀ ਡਡਵਿੰਡੀ। ਕਿੱਥੋਂ ਆ ਰਹੇ ਸੀਗੇ? ਇੱਧਰ ਜੋ ਅਸੀਂ ਪਤਾ ਕੀਤਾ, ਸਾਨੂੰ ਪਤਾ ਕਰਨ 'ਤੇ ਇਹ ਲੱਗਾ ਵੀ ਇਹ ਜਿਹੜਾ ਹੈਗਾ ਵਾ ਵਿਆਹ ਆਏ ਸੀ ਇੱਥੇ ਡੱਲੇ ਖਿੰਡਾ ਪੈਲਸ। ਅੱਛਾ ਜੀ, ਹਾਲਤ ਨਾਜ਼ੁਕ ਬਣੀ ਹੋਈ ਹੈ ਫਿਲਹਾਲ? ਹਾਂ ਫਿਲਹਾਲ ਨਾਜ਼ੁਕ। ਪੇਸ਼ੈਂਟ ਦਾ ਜਿਹੜੇ ਸਾਨੂੰ ਇਨਫੋਰਮੇਸ਼ਨ ਕੋਈ ਨਹੀਂ, ਪਰ ਅਸੀਂ ਆਪਣੇ ਤੌਰ ਤੇ ਪਤਾ ਕੀਤਾ ਵੀ ਲੁਧਿਆਣੇ ਲੈ ਕੇ ਗਏ। ਹਾਦਸਾ ਕਾਫੀ ਭਿਆਨਕ ਸੀ। ਹਾਦਸਾ ਕਾਫੀ ਭਿਆਨਕ ਸੀ।